ਕਿ ਹਰ ਗੱਲ ਕਰਨ ਲੱਗਿਆ ਨਾ ਲੱਜਾ ਰੱਖ ਕੇ ਔਰ ਫੇਰ ਉਹ ਗੱਲ ਕਰਦਾ ਹੈ ਬਈ ਕਿਦੇ ਪਰਿਵਾਰ ਵਿੱਚ ਬੈਠੇ ਕਿਦੇ ਅਯੋਗ ਬੋਲ ਨਾ ਬੋਲਿਆ ਜਾਵੇ ਅਸੀਂ ਹੁਣ ਬਹੁਤ ਆਦੰਦਰ ਔਰ ਉਹ ਵਿਰਲੇ ਨੇ ਜਿਨ੍ਹਾਂ ਨੂੰ ਇਹ ਗੱਲ ਦਾ ਗਿਆਨ ਹੀ ਨਹੀਂ ਤੇ ਬਹੁਤ ਆਦੰਦਰ ਕਈ ਵਾਰ ਤੁਸੀਂ ਵੀ ਦੇਖਿਆ ਜੇ ਮਨੋਖ ਐਸੀ ਗੱਲ ਕਰ ਜਾਂਦਾ ਕਿਸੇ ਦੇ ਸਭਾ 'ਚ ਖੜਾ ਹੋਵੇ ਜਾਂ ਕਿਸੇ ਦੇ ਪਰਿਵਾਰ 'ਚ ਖੜਾ ਹੋਵੇ ਉਹ ਗੱਲ ਸੁਣਨ ਲੱਗਿਆਂ ਆਪ ਨੂੰ ਹੀ ਸ਼ਰਮਸਾਰ ਹੋਣਾ ਪੈਂਦਾ ਬਈ ਇਹ ਕਿਹੋ ਜੀਆਂ ਸਿਆਣਾ ਬਿਆਣਾ ਗੱਲਾਂ ਕਰੀ ਜਾਂਦਾ ਹੈ ਕਈ ਵਿਰ ਆਪ ਦੇ ਆਪ ਨੂੰ ਐਸਾ ਹੋਣਾ ਪੈਂਦਾ ਉਹ ਬੀਬੀ ਵੀ ਇਸ ਤਰ੍ਹਾਂ ਯੋਗਤਾ ਅਨੁਸਾਰ ਸਹੀ ਗੱਲ ਤੇ ਉਹ ਗੁਰਸਿੱਖ ਵੀ ਆਪਣੀ ਮਾਲਕ ਦੇ ਪਰਿਵਾਰ ਵਿੱਚ ਰਹਿੰਦੇ ਆ ਲੱਜਾ ਰੱਖ ਕੇ ਭਈ ਇਹ ਗੱਲ ਕਰਨੇ ਯੋਗ ਨਹੀਂ ਇਹ ਗੱਲ ਨਹੀਂ ਇੱਥੇ ਬਣ ਆਉਂਦੀ ਨਹੀਂ ਕਰਤਾ ਕਹਿੰਦੇ ਸੇਜਾ ਸਮੈ ਰਚ ਪ੍ਰੇਮ ਪੂਰਨ ਪਧਾਰ ਕੈ ਔਰ ਉਹ ਆਪਣੇ ਮਾਲਕ ਦੀਆਂ ਗੱਲਾਂ ਤੇ ਆਪਸੀ ਗੱਲਾਂ ਬੀਬੀ ਦੂਜਿਆਂ ਕੋਲ ਛੇਰ ਨਹੀਂ ਕਰਦੀ ਤੇ ਉਹ ਵੀ ਆਪਣੇ ਮਾਲਕ ਨਾਲ ਜਦੋਂ ਬੈਠਦਾ ਇਹਨਾਂ ਸੁਰਤ ਜੋੜ ਕੇ ਰੱਬ ਦੇ ਪਿਆਰ ਵਾਲਾ ਉਹ ਮਾਲਕ ਦੀਆਂ ਗੱਲਾਂ ਮਾਲਕ ਨਾਲੇ ਕਰਦਾ ਹੈ ਮਾਲਕ ਨਾਲ ਗੱਲ ਨਹੀਂ ਪੈਂਦਾ ਹੈ ਮਾਲਕ ਦੇ ਨਾਲੇ ਕਮੇਕਤਾ ਕਰਦਾ ਹੈ ਮਾਲਕ ਨਾਲ ਜੁੜ ਜਾਂਦਾ ਹੈ ਔਰ ਭਾਈ ਗੁਰਦਾਸ ਸਾਹਿਬ ਕਹਿੰਦੇ ਜਦੋਂ ਉਹਦੇ ਪ੍ਰੇਮ ਵਿੱਚ ਉਹ ਖੀਵਾ ਹੋ ਜਾਂਦਾ ਤੇ ਫਿਰ ਭਾਈ ਸਾਹਿਬ ਕਹਿੰਦੇ ਤੈਸੇ ਗੁਰ ਸਿੱਖ ਸਰਬਾਤਮ ਪੂਜ ਪਰ ਬੀਨ ਕਹਿੰਦੇ ਜਿਵੇਂ ਉਹ ਬੀਬੀ ਆਪਣਾ ਦੱਪ ਦੀ ਜੀਵਨ ਜਿਉਂਦਿਆਂ ਆਇਆ ਸਾਰੇ ਪਰਿਵਾਰ ਨੂੰ ਸੰਭਾਲ ਦੇ ਤੈਸੇ ਉਸੇ ਤਰ੍ਹਾਂ ਗੁਰੂ ਦਾ ਸਿੱਖ ਜਿਹੜਾ ਪ੍ਰਬੀਨ ਮੈਨੇ ਹੁੰਦਾ ਹੈ ਬੜਾ ਸਿਆਣਾ ਸਾਰੇ ਅੰਦਰ ਬਾਹਰ ਦੀ ਗੱਲ ਜਾਣਨ ਵਾਲਾ ਆਪਣੇ ਅੰਦਰ ਬਾਹਰ ਸੰਸਾਰ ਦੀ ਸਾਰਿਆਂ ਦੇ ਇਥੋਂ ਤੱਕ ਤਾਕਤ ਮਿਲ ਗਈ ਦੂਜੇ ਦੇ ਅੰਦਰ ਦੀ ਗੱਲ ਵੀ ਸਮਝ ਜਾਂਦਾ ਔਰ ਉਹਨਾਂ ਗੱਲਾਂ ਨੂੰ ਜਿਹੜੀਆਂ ਰੱਬ ਦੀਆਂ ਦਾਤਾਂ ਐ ਨਾ ਐਵੇਂ ਪ੍ਰਗਟ ਨਹੀਂ ਕਰਦਾ ਕਿ ਮੇਰੇ ਕੋ ਲਾਓ ਮੈਂ ਬੜਾ ਦੱਸ ਦੇਾਂਗਾ ਉਹ ਕੀ ਆ ਕੀ ਨਹੀਂ ਉਹਨੂੰ ਰੱਬ ਦੀ ਗੱਲ ਨੂੰ ਉੱਥੇ ਹੀ ਰੱਖਦਾ ਔਰ ਉਹ ਬੜਾ ਪਰਬੀਨ ਐ ਬੜਾ ਸਿਆਣਾ ਐ ਪਰਿਪੂਰਣ ਪਰਮਾਤਮਾ ਨਾਲ ਜੁੜਿਆ ਐ ਬ੍ਰਹਮ ਧਿਆਨ ਗੁਰਮੂਰਤ ਅਪਾਰਕੈ ਕਹਿੰਦੇ ਉਹਦਾ ਬ੍ਰਹਮ ਦਾ ਧਿਆਨ ਧਰਦਾ ਬ੍ਰਹਮ ਦੇ ਵਿੱਚ ਜੁੜਦਾ ਗੁਰੂ ਦਾ ਸ਼ਬਦ ਗੁਰ ਕਾ ਸ਼ਬਦ ਜਿਹੜਾ ਹੈ ਉਹ ਗੁਰੂ ਦੀ ਮੂਰਤ ਉਹਦੇ ਵਿੱਚ ਆਪਣੇ ਧਿਆਨ ਨੂੰ ਟਿਕਾਉਂਦਾ ਹੈ ਔਰ ਉਹਦੇ ਵਿੱਚ ਜਿਹੜਾ ਪਾਰਾ ਵਾਰ ਤੋਂ ਪਰੇ ਪਰਿਪੂਰਨ ਪਰਮਾਤਮਾ ਉਹਦੇ ਵਿੱਚ ਲਿਬ ਲੀਨਤਾ ਹਾਸਲ ਕਰਦਾ ਹੈ ਉਹਦੇ ਵਿੱਚ ਜੁੜਦਾ ਔਰ ਗੁਰੂ ਦਾ ਸ਼ਬਦ ਹੀ ਸਭ ਕੁਝ ਹੈ ਔਰ ਕੋਈ ਵਖਰੀ ਮੂਰਤ ਨਹੀਂ ਮਹਾਰਾਜ ਨੇ ਬਾਣੀ ਅੰਦਰ ਵੀ ਬਚਨ ਕਹੈ ਗੁਰ ਮੂਰਤ ਗੁਰ ਸ਼ਬਦ ਹੈ ਗੁਰੂ ਦਾ ਸ਼ਬਦ ਉਹਦਾ ਧਿਆਨ ਧਰਨਾ ਉਹ ਗੁਰੂ ਦਾ ਸਰੂਪ ਹੈ ਸਾਧ ਸੰਗਤ ਸੰਸਾਰ ਪਰਵਾਣਾ ਸਾਧ ਸੰਗਤ ਵਿੱਚ ਆ ਕੇ ਬਰਾਬਰਤਾ ਪਰਵਾਣ ਹੋਣਾ ਪਰਿਪੂਰਨ ਪ੍ਰਮਾਤਮਾ ਨਾਲ ਜੁੜਨਾ ਉਹਦੇ ਮਾਰਗ ਤੇ ਤੁਰਨਾ ਉਹਦੇ ਤੋਂ ਪਰੇ ਕੁਝ ਵੀ ਨਹੀਂ ਭਾਈ ਸਾਹਿਬ ਕਹਿੰਦਿਆ ਉਹਦੇ ਨਾਲ ਜੋੜਾ ਉਹਦੇ ਮਾਰਗ ਤੇ ਉਹ ਤੁਰਦਾ ਹੈ ਅਗਲੇ ਕਬਿੱਤ ਦੁਆਰਾ ਭਾਈ ਸਾਹਿਬ ਕਹਿੰਦੇ ਤੀਰਥਾ ਪੁਰਬ ਦੇ ਬਜਤ ਰਾਦਾਤ ਹੈ ਜਗਤ ਭਾਈ ਗੁਰਦਾਸ ਸਾਹਿਬ ਕਹਿੰਦੇ ਸੰਸਾਰ ਦੇ ਅੰਦਰ ਸੰਸਾਰ ਦੇ ਜੀਵ ਦਿਵਤਿਆਂ ਦੇ ਪੁਰਬਾਂ ਤੇ ਬੜੇ ਬੜੇ ਤੀਰਥਾਂ ਤੇ ਯਾਤਰਾ ਜਾਂਦੇ ਉਹ ਇਹ ਭਾਵ ਲੈ ਕੇ ਬਈ ਉੱਥੇ ਜਾ ਕੇ ਨਾਏ ਤੇ పాਪ ਉਤਰ ਜਾਣਗੇ ਫਿਰ ਆ ਕੇ ਨਮਕਮ ਸ਼ੁਰੂ ਕਰ ਲਾਂਗੇ ਪਹਿਲੀ ਪੰਡ ਲਾਈਏ ਤੇ ਮੰਗਰ ਲਾ ਕੇ ਸ਼ੁਰੂ ਕਰ ਲਾਂਗੇ ਹੋਰ ਮਤਲਬ ਜ਼ਿਆਦਾ ਨਹੀਂ ਔਰ ਕਹਿੰਦੇ ਉਹ ਜਾਤ ਹੈ ਜਗਤ ਸੰਸਾਰ ਪੁਰਬ ਤੀਰਥ ਸੁਰ ਕੁੱਟਨ ਕੁਟਾਨ ਕੇ ਕਹਿੰਦੇ ਪੁਰਬ ਪਹਿਲਾਂ ਦੇ ਕੀਤੇ ਕਰਮ ਔਰ ਜਿਹੜੇ ਜਾਣ ਵਾਲੇ ਯਾਤਰੀ ਔਰ ਉਹਨਾਂ ਦੇਵਤਿਆਂ ਦੇ ਕੋਲ ਕੁਟਨ ਕੁਟਾਨ ਕਰੋੜਾਂ ਦੀ ਤਾਦਾਦ ਅੰਦਰ ਜਾਂਦੇ ਕਰੋੜਾਂ ਦੀ ਤਾਦਾਦ ਅੰਦਰ ਦੇਵਤੇ ਤੁਰੇ ਪਰ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਵਿਚਾਰਾਂ ਨੂੰ ਭਾਈ ਸਾਹਿਬ ਸਮਝਾਉਂਦੇ ਆ ਗੁਰਬਾਣੀ ਵੀ ਕਹਿੰਦੀ ਤੀਰਥ ਪੂਰਾ ਸਤਿਗੁਰੂ ਹੁਣ ਮਾਗੇ ਵੀ ਇੱਕ ਦਿਨ ਬਿਆਨ ਕੀਤਾ ਸੀ ਪਾਣੀ ਜਿਹੜਾ ਤਨ ਦੀ ਮੈਲ ਉਤਾਰਦਾ ਹੈ ਤਨ ਦੀ ਪਿਆਸ ਬੁਝਾਉਂਦਾ ਹੈ ਨਾ ਪਾਣੀ ਮਨ ਦੀ ਮੈਲ ਉਤਾਰੇ ਨਾ ਇਹ ਮਨ ਦੀ ਪਿਆਸ ਬੁਝਾਵੇ ਮਹਾਰਾਜ ਨਾ ਬਾਣੀ ਅੰਦਰ ਬਚਨ ਕਰਦੇ ਜਨ ਦਰਸ਼ਨ ਪਿਆਸੀ ਦਿਨ ਸੋ ਰਾਤ ਚਿਤਮੋਂ ਆਂਦੀ ਨੀਤ ਉਥੇ ਪਿਆਸ ਦਰਸ਼ਨਾਂ ਦੀ ਏ ਪਾਣੀ ਦੀ ਨਹੀਂ ਉਹ ਅੰਤਰ ਆਤਮੇ ਦੀ ਗੱਲ ਏ ਅੰਦਰ ਦੀ ਪਿਆਸ ਦੀ ਗੱਲ ਏ ਉਹ ਦਰਸ਼ਨ ਨਾਲ ਉੱਤਰੇਗੀ ਉਹ ਦਰਸ਼ਨ ਜਦੋਂ ਮੈਂ ਬੰਦਗੀ ਕਰਦਿਆਂ ਅੰਤਰਾਤਮਿਕ ਗੁਰੂ ਨਾਲ ਇੱਕਮੇਕਤਾ ਹੋ ਗਈ ਉਹ ਦਰਸ਼ਨ ਜਿਹੜਾ ਅੰਤਰਾਤਮਿਕ ਹੋ ਬਣਾ ਉਹ ਦਰਸ਼ਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪੂਰਾ ਸਤਗੁਰੂ ਹੈ ਤੇ ਸਤਗੁਰੂ ਮਨ ਦੀ ਮੈਲ ਉਤਾਰਦਾ ਹੈ ਸਤਗੁਰੂ ਜਿਹੜਾ ਉਹ ਮਨ ਦੀ ਪਿਆਸ ਮਟਾਉਂਦਾ ਹੈ ਪਾਣੀ ਤਨ ਨੂੰ ਤਪਦੇ ਨੂੰ ਠੰਡਾ ਕਰਦਾ ਸਤਿਗੁਰੂ ਜਿਹੜਾ ਮਨ ਤਪਦੇ ਨੂੰ ਠੰਡਾ ਕਰਦਾ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਉਹ ਤੜਫਦਾ ਬਾਣੀ ਤੋਂ ਅੰਦਰ ਤਪਦਾ ਹੈ ਕਲ ਤਾਤੀ ਠੰਡਾ ਹਰਨਾਉ ਠੰਡਾ ਹੈ ਨਾਮ ਪਾਣੀ ਮਨ ਦੀ ਪਿਆਸ ਨਹੀਂ 부ਝਾ ਸਕਦਾ ਤਨ ਦੀ ਪਿਆਸ 부ਝਾਉਂਦਾ ਹੈ ਮਨ ਦੀ ਪਿਆਸ ਨਾਮ ਨਾਲ 부ਝਣੀ ਹੈ ਅਰ ਮਹਾਰਾਜ ਕਹਿੰਦੇ ਜੋ ਅਣ ਦਿਨ ਹਰ ਹਰ ਨਾਮ ਧਿਆਵੈ ਪਿਆਸ ਉਹਦੀ 부ਝਦੀ ਆ ਦਿਦਾਰ ਉਹਨੂੰ ਹੁੰਦਾ ਜਿਹੜਾ ਰਾਤ ਬਾ ਦਿਨੇ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਫਿਰ ਕਿਲ ਬਖ ਮੈਲ ਪਰੇ-ਪਰੇ ਹਮਰੇ ਵਿੱਚ ਕਹਿੰਦੇ ਬਈ ਉਹ ਮੈਲ ਉਤਰਦੀ ਤੀਰਥਾਂ ਦੀ ਵੀ ਰੱਬ ਦੇ ਪਿਆਰ ਨਾਲ ਕਹਿੰਦੇ ਉਹ ਅੰਦੇ ਨਾਮ ਧਿਆਵੈ ਉਹ ਆਪ ਛੁੱਟਾ ਕੁਟੰਬ ਸਿਉ ਉਹ ਆਪਣਾ ਵੀ ਛਟਕਾਰਾ ਕਰ ਲੈਂਦਾ ਤਰੈ ਤਰੈ ਗੁਰਸਿੱਖ ਆਪ ਵੀ ਤਰਦਾ ਤੇ ਪਰਿਵਾਰ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ ਦੇ ਹਰ ਹਰ ਨਾਮ ਸਭ ਸ੍ਰੇਸ਼ਟ ਛਡਾਵੇ ਸਾਰੀ ਸ੍ਰੇਟੀ ਦਾ ਭਲਾ ਕਰ ਦਿੰਦਾ ਹੈ ਜਪਣ ਵਾਲਾ ਜਿਨੇ ਅੰਦਰ ਨੂੰ ਧੋਤਾ ਆਪਣੀ ਹਿਰਦੇ ਨੂੰ ਪਾਵਨ ਕੀਤਾ ਹੈ ਮਹਾਰਾਜ ਕਹਿੰਦੇ ਵੈ ਗੁਰੂ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਨਾਵਾ ਤਾਂ ਜੇ ਤੈਨੂੰ ਭਾਵਾਂ ਚੰਗਾ ਲੱਗਾ ਜੇ ਭੌਣਾ ਹੀ ਨਹੀਂ ਦੇ ਉਹ ਨਾ ਹੁੰਦਾ ਫਾਇਦਾ ਕੀ ਹੈ ਤੇ ਇਹ ਵੀ ਮਹਾਰਾਜ ਨੇ ਬਚਨ ਕਹੇ ਅੰਤਰਗਤ ਤੀਰਥ ਮਲ ਨਾਓ ਅੰਦਰ ਮਨ ਦੀ ਮੈਲ ਉਤਾਰਨੀ ਹੈ ਮਨ ਨੂੰ ਠਾਰਨਾ ਹੈ ਤੇ ਅੰਦਰ ਜਪ ਨਾਮ ਜਲ ਨਾਲ ਤਨ ਦੀ ਪਿਆਸ ਪਾਣੀ ਨਾਲ ਤਨ ਨੂੰ ਠੰਡਕ ਪਾਣੀ ਨਾਲ ਤਾਂ ਦੀ ਮੈਲ ਪਾਣੀ ਨਾਲ ਮਨ ਦੀ ਮੈਲ ਬਾਣੀ ਨਾਲ ਮਨ ਦੀ ਠੰਡਕ ਬਾਣੀ ਨਾਲ ਮਨ ਦੀ ਪਿਆਸ ਬਾਣੀ ਨਾਲ ਉਤਰਨੀ ਭਾਈ ਸਾਹਿਬ ਕਹਿੰਦਿਆ ਨਹੀਂ ਤੇ ਕੋਟਾ ਕੋਟਾਨ ਜਿਹੜੇ ਤੀਰਥ ਨੇ ਦੇਵਤਿਆਂ ਦੇ ਬਣੇ ਦੁਨੀਆ ਜਾਂਦੀ ਏ ਤਪਦੀ ਜਾਂਦੀ ਤਪਦੀ ਆਉਂਦੀ ਆ ਔਰ ਅੰਦਰ ਕਿਸੇ ਦਾ ਸ਼ਾਂਤ ਨਹੀਂ ਹੁੰਦਾ ਸ਼ਾਂਤ ਹੋਣਾ ਬਾਣੀ ਨਾਲ ਬ੍ਰਹਮ ਨਾਲ ਜੁੜ ਕੇ ਉਦੇ ਮਾਰਗ ਤੇ ਤੁਰ ਕੇ ਔਰ ਪਰਮਾਤਮਾ ਵਾਲ ਨੂੰ ਕਦਮ ਵਧਾ ਕੇ ਅੰਤਰਾਤਮੇ ਭਾਈ ਸਾਹਿਬ ਕਹਿੰਦੇ ਮੁਕਤਾ ਬੈਕੁੰਠ ਜੋਗ ਜੁਗ ਤਬੈ ਬਦ ਫਲ ਕਹ ਲਗੇ ਮੁਕਤੀ ਬੈਕੁੰਠ ਔਰ ਉਹਦੇ ਨਾਲ ਜੁੜਨਾ ਬਿਬਦ ਦ્વੈਤ ਦੂਜੇ ਫਲ ਦੂਜਾ ਫਲ ਇੱਕ ਬੈਕੁੰਠ ਵਾਲਾ ਮੰਗਣਾ ਇੱਕ ਮੁਕਤੀ ਮੰਗਣੀ ਕਹਿੰਦੇ ਦੋ ਤਰ੍ਹਾਂ ਦੇ ਫਲ ਤੀਰਥਾਂ ਤੇ ਜਾਣ ਵਾਲੇ ਵੀ ਗੁਸਤਾਖੀ maaf ਜਿੰਨੇ ਆਪਾਂ ਆਉਨੇ ਆ ਨਾ ਆਪਣੇ ਵਿੱਚ ਕੋਈ ਇੱਕ ਅੱਧਾ ਛੱਡ ਕੇ ਇੱਕ ਅੱਧਾ ਰੱਬ ਲਈ ਨਹੀਂ ਜੇ ਆਉਂਦੇ ਗੁਸਤਾਖੀ maaf ਕਾਮਨਾ ਲੈ ਕੇ ਆਉਂਦੀਆਂ ਨੇ ਕਾਮਨਾਵਾਂ ਇਸ਼ਾਵਾਂ ਉਹਦੇ ਲਈ ਆਉਨੇ ਆ ਜਿੰਨੇ ਮੰਦਰ ਮਸਜਿਦ ਗੁਰਦੁਆਰਿਆਂ ਚ ਜਾਂਦੇ ਨੇ ਮਨਾਂ ਚ ਕੋਈ ਇੱਕ ਅੱਦਾ ਛੱਡ ਕੇ ਸਭ ਕਾਮਨਾਵਾਂ ਮੰਗਣ ਜਾਂਦੇ ਆ ਸਭ ਪਦਾਰਥ ਮੰਗਣ ਜਾਂਦੇ ਆ ਪਰਮਾਰਥ ਕੋਈ ਵਿਰਲਾ ਹੈ ਰੱਬ ਨੂੰ ਕੋਈ ਵਿਰਲਾ ਮੰਗਦਾ ਮੈਨੂੰ ਆ ਦੇ ਦੇ ਆ ਦੇ ਦੇ ਆ ਦੇ ਦੇ ਆ ਚਾਹੀਦਾ ਹੈ ਆ ਚਾਹੀਦਾ ਹੈ ਮੇਰਾ ਆ ਕੰਮ ਹੋ ਜੇ ਆ ਹੋ ਜਾਏ ਆ ਹੋ ਜਾਏ ਤੇ ਜੇ ਕਿਦ ਰੱਬ ਕਹਿ ਦੇਵੇ ਮੈਂ ਆ ਜਾਵਾਂ ਨਹੀਂ ਮੈਨੂੰ ਆ ਚੀਜ਼ਾਂ ਹੀ ਦੇ ਦੇ ਬਸ ਤੁਸੀਂ ਇੱਥੇ ਹੀ ਠੀਕ ਹੋ ਤੁਹਾਡਾ ਧੰਨਵਾਦ ਇੱਥੇ ਹੀ ਕਰਦੇ ਆਂ ਰੱਬ ਨਹੀਂ ਚਾਹੀਦਾ ਰੱਬ ਨੂੰ ਕੋਈ ਵਿਰਲਾ ਹੀ ਕੋਈ ਇੱਕ ਅੱਦਾ ਹੀ ਹੈ ਜਿਹੜਾ ਮੰਗਣ ਆਵੇ ਨਹੀਂ ਤੇ ਮਾਲਕ ਤੋਂ ਦੀਆਂ ਵਸਤੂ ਹੀ ਮੰਗਣ ਆਉਣੇ ਆ ਦਾਤਾ ਹੀ ਮੰਗਣ ਆਉਣੇ ਆ ਹੋਰ ਨਹੀਂ ਮਹਾਰਾਜ ਸਾਹਿਬ ਕਹਿੰਦੇ ਉਹਦੇ ਤੋਂ ਰੱਬ ਤੋਂ ਦੂਜਾ ਕੀ ਏ ਉਹਦੀਆਂ ਦਾਤਾ ਉਹਨਾਂ ਨੂੰ ਮੰਗਦੇ ਨੇ ਵਾਂਸ਼ਿਤ ਹੈ ਸਾਧ ਰੱਜ ਕਹਿੰਦੇ ਏ ਪਰਮਾਤਮਾ ਦੇ ਚਰਨਾਂ ਦੀ ਇੱਕ ਕਤਰਾ ਧੂੜੀ ਦੇ ਅੰਦਰ ਵੱਸਦੀਆਂ ਨੇ ਸਭ ਇੱਕ ਚਰਨਾਂ ਦੀ ਧੂੜੀ ਦੇ ਕਤਰੇ ਵਿੱਚ ਤੇ ਜਿਹੜਾ ਬਖਸ਼ਿਆ ਬ੍ਰਹਮ ਦਾ ਸਰੂਪ ਹੋ ਗਿਆ ਸੰਸਾਰ ਦੀਆਂ ਸੁਭ ਦਾਮਾਂ ਉਹਦੇ ਚਰਨਾਂ ਦੀ ਧੂੜੀ ਦੇ ਵਿੱਚ ਤੁਰੀਆਂ ਫਿਰਦੀਆਂ ਨੇ ਮਹਾਰਾਜ ਕਹਿੰਦੇ ਕੋਟ ਗਿਆਨ ਧਿਆਨ ਕੈ ਕਰੋੜਾਂ ਗਿਆਨ ਧਿਆਨ ਸਭ ਉਦੀ ਬਖਸ਼ਿਸ਼ ਦੇ ਵਿੱਚ ਨੇ ਜੇ ਉਹਦੇ ਤੋਂ ਬਖਸ਼ਿਸ਼ ਲੈ ਲਈਏ ਉਹਦੇ ਨਾਲ ਜੁੜ ਪਾਈਏ ਉਹਦੇ ਮਾਰਗ ਤੇ ਤੁਰ ਪਾਈਏ ਭਾਈ ਸਾਹਿਬ ਕਹਿੰਦੇ ਅਗਮ ਅਗਾਧ ਸਾਧ ਸੰਗਤ ਅਸ਼ੰਖੁ ਸਿਖ ਮਨ ਦੀ ਗਮਤਾ ਤੋਂ ਪਰੇ ਇਸ ਦਾ ਗਿਆਨ ਬੋਧ ਜਿਹੜਾ ਅਗਾਧ ਦੇ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਗੁਰੂ ਕੀ ਇਹ ਸਾਧ ਸੰਗਤ ਦੇ ਵਿੱਚ ਕਿੰਨੀਆਂ ਕੋ ਦਾਤਾਾਂ ਕਿੰਨਿਆਂ ਨੂੰ ਬਖਸ਼ਿਸ਼ਾਂ ਇਥੋਂ ਪ੍ਰਾਪਤ ਹੁੰਦੀਆਂ ਨੇ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਇਥੋਂ ਕਿੰਨੇ ਕੁ ਵਰਸਾਏ ਗਏ ਕਿੰਨਿਆਂ ਕੋ ਨੂੰ ਬਖਸ਼ਿਸ਼ਾਂ ਹੋਈਆਂ ਕਿੰਨਿਆਂ ਕੋ ਨੂੰ ਹੋ ਰਹੀਆਂ ਕਿੰਨਿਆਂ ਕੋ ਨੂੰ ਹੋ ਬਣ ਗਈਆਂ ਕਹਿਣ ਲੱਗੇ ਅਸੰਖ ਸਿੱਖ ਅਨਗਿਨਤ ਸਿੱਖ ਨੇ ਗੁਰੂ ਤੋਂ ਵਰਸਾਏ ਹੋਏ ਤੇ ਵਰਸਣਗੇ ਔਰ ਜਿਹੜੇ ਗੁਰੂ ਨਾਲ ਜੁੜਨਗੇ ਸ੍ਰੀ ਗੁਰੂ ਬਚਨ ਮਿਲੈ ਰਾਮ ਰਸ ਆਣ ਕੇ ਕਹਿੰਦੇ ਜਿਹੜਾ ਸਭ ਦਾ ਸ਼ਰੋਮਣੀ ਸੁਭਾਏ ਮਾਨ ਉਤਕ੍ਰਿਸ਼ਟ ਅੰਧਕਾਰ ਨੂੰ ਕਟਣ ਹਰਾ ਹਿਰਦੇ ਦਾ ਪ੍ਰਕਾਸ਼ ਚੰਨਨ ਮਨਾਰਾ ਉਹਦਾ ਬਚਨ ਮਿਲੈ ਗੁਰੂ ਦਾ ਬੋਲ ਗੁਰੂ ਦਾ ਸ਼ਬਦ ਹਿਰਦੇ ਵਿੱਚ ਮਿਲ ਜਾਵੇ ਤੇ ਫਿਰ ਰੱਬ ਜਿਹੜਾ ਰਮਿਆ ਹੋਇਆ ਹਰ ਰਗੁਰੇਸ਼ੇ ਦੇ ਅੰਦਰ ਹਰ ਕਤਰੇ ਦੇ ਅੰਦਰ ਹਰ ਜ਼ਰਰੇ ਜ਼ਰਰੇ ਵਿੱਚ ਸਮਾਇਆ ਹੈ ਨਾ ਉਹਦਾ ਰਸ ਆਣ ਕੇ ਹਿਰਦੇ ਦੇ ਵਿੱਚ ਉਹਦਾ ਰਸ ਲਿਆ ਕੇ ਉਦਾ ਰਸ ਹਿਰਦੇ ਦੇ ਵਿੱਚ ਟਪਕਾ ਕੇ ਹਿਰਦੇ ਵਿੱਚ ਵਸਾ ਕੇ ਭਾਈ ਸਾਹਿਬ ਕਹਿੰਦੇ ਫਿਰ ਸਹਿਜ ਸਮਾਦ ਅ ਪਰੰਪਰ ਪਰਖ ਲੇਬ ਫਿਰ ਹਿਰਦਾ ਏ ਸ਼ਾਂਤ ਹੁੰਦਾ ਜਾਂਦਾ ਹਿਰਦੇ ਵਿੱਚ ਗਿਆਨ ਪ੍ਰਗਟ ਹੁੰਦਾ ਤੇ ਜਿਹੜਾ ਜੀਵ ਆ ਜੀਵ ਤਵੇ ਇਹ ਈਸ਼ਵਰ ਦੇ ਵਿੱਚ ਸਮਾਉਂਦਾ ਜਾਂਦਾ ਮਿਲਦਾ ਜਾਂਦਾ ਉਹਦਾ ਰੂਪ ਹੁੰਦਾ ਜਾਂਦਾ ਉਦੇ ਵਿੱਚ ਮਿਲਣ ਦਾ ਨਾਮ ਸਮਾਧੀ ਇਹ ਅੱਖਾਂ ਮੀਟ ਲੈਣਾ ਚੌਂਕੜਾ ਲਾ ਕੇ ਬੈਠ ਜਾਣਾ ਜਾਂ ਕੋਈ ਹੋਰ ਢੰਗ ਵਰਤ ਲੈਣਾ ਇਹਦਾ ਨਾਮ ਸਮਾਧੀ ਨਹੀਂ ਸਮਾਧੀ ਸਮਿਲਤ ਹੋ ਜਾਣਾ ਮਿਲ ਜਾਣਾ ਉਹਦਾ ਰੂਪ ਹੋ ਜਾਣਾ ਉਹਦੇ ਵਿੱਚ ਸਮਾਦ ਜਾਣਾ ਭਾਈ ਗੁਰਦਾਸ ਸਾਹਿਬ ਕਹਿੰਦੇ ਅੰਦਰ ਸ਼ਾਂਤੀ ਆਈ ਗਿਆਨ ਪ੍ਰਗਟ ਹੋਇਆ ਉਹ ਰੌਸ਼ਨੀ ਨੂੰ ਪਾ ਕੇ ਗਿਆਨ ਨੂੰ ਪਾ ਕੇ ਉਪਰਮਾਤਮਾ ਦੇ ਵਿੱਚ ਸਮਾ ਗਿਆ ਅਪਰੰਪਰ ਪਰੇ ਤੋਂ ਪਰੇ ਜਦ ਉਸ ਮਾਇਆ ਵੇਖਿਆ ਪਰਮਾਤਮਾ ਐਡਾ ਵੱਡਾ ਇਹਦੇ ਵਰਗਾ ਤਾਂ ਕੋਈ ਨਹੀਂ ਹੈ ਪਰੇ ਤੋਂ ਪਰੇ ਉਹ ਪੁਰਖ ਜਿਹੜਾ ਸਰਬ ਵਿਆਪਕ ਹੈ ਉਹ ਪੁਰਖ ਜਿਹਨੂੰ ਮਹਾਰਾਜ ਕਹਿੰਦੇ ਹਰ ਪੂਰੀ ਪੂਰੀ ਬਸੰਤਾ ਹਰ ਹਰ ਸ਼ਰੀਰ ਦੇ ਅੰਦਰ ਵਸਦਾ ਹੈ ਜਿਹੜਾ ਪਉ ਪਲਸ ਰਕ ਪਉ ਮੈਣਾ ਹੁੰਦਿਆ ਨਰਕ ਆਦਿਕ ਦੁੱਖ ਦੁਨੀਆ ਦੇ ਨਰਕ ਘੋਰ ਭਿਆਨਕ ਕਹਿੰਦੇ ਉਹ ਇੱਥੇ ਵੀ ਤੇ ਉੱਥੇ ਵੀ ਰੱਖ ਰਖਵਾਲੀ ਕਰਨ ਵਾਲਾ ਹੈ ਉਹ ਪਰਿਪੂਰਨ ਪਰਮਾਤਮਾ ਜਿਹੜਾ ਸਰਬ ਵਿਆਪਕ ਹੈ ਉਹਦੇ ਨਾਲ ਫਿਰ ਉਹਦੀ ਲਿਵ ਜੁੜਦੀ ਹੈ ਜਿਹੜੀ ਸੰਸਾਰ ਚ ਜਨਮ ਵੇਲੇ ਟੁੱਟ ਗਈ ਉਹ ਪੂਰਨ ਬ੍ਰਹਮ ਉਹ ਸਾਰੇ ਰਮਿਆ ਹੋਇਆ ਅਕਾਲ ਪੁਰਖ ਵੈਗਰੂ ਕੰਦੇ ਸਤਿਗੁਰੂ ਸਾਵਧਾਨ ਕੇ ਸੱਚੇ ਅਕਾਲ ਨਾਲ ਜੁੜ ਕੇ ਅਗਿਆਨ ਨੂੰ ਟੱਲ ਕੇ ਹਿਰਦੇ ਵਿੱਚ ਪ੍ਰਕਾਸ਼ ਲੈ ਕੇ ਬੜੀ ਸਾਵਧਾਨਤਾ ਦੇ ਨਾਲ ਉਹ ਮਾਲਕ ਵਿੱਚ ਸਮਾ ਜਾਂਦਾ ਹੈ ਮਿਲ ਜਾਂਦਾ ਹੈ ਇਹ ਭਾਈ ਸਹਿਬਾਈ ਗੁਰਦਾਸ ਸਾਹਿਬ ਜੀ ਨੇ ਸਾਨੂੰ ਪ੍ਰੇਮ ਸਹਿ ਸਮਝਾਉਣ ਦਾ ਯਤਨ ਕੀਤਾ ਗਰੀਬ ਨਿਵਾਜ਼ ਸਤਿਗੁਰੂ ਕਿਰਪਾ ਕਰਨ ਸਾਨੂੰ ਪੜਨ ਸੁਣਨ ਵਾਲਿਆਂ ਨੂੰ ਸਮਤ ਆਵੇ ਕੁਝ ਨਾ ਕੋ ਚੱਲਣ ਦਾ ਯਤਨ ਕਰੀਏ ਗੁਰੂਵਾਲੇ ਨੂੰ ਤੁਰਨ ਦਾ ਯਤਨ ਕਰੀਏ ਸਾਡਾ ਆਇਆ ਹੋਇਆ ਸਫਲਾ ਵਿਚਾਰਾਂ ਕਰਨਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਆਪ ਸਤਗੁਰੂ ਕੀ ਸੰਗਤ ਸਤਗੁਰੂ ਗਰੀਬ ਨਿਵਾਜ਼ ਬਖਸ਼ਣ ਜੋਗੋਂ ਅੱਗੇ ਤੋਂ ਸ੍ਰੇਸ਼ਟ ਮਤਬੁੱਧ ਦੀ ਬਖਸ਼ਿਸ਼ ਕਰਨੀ ਸਤਗੁਰੂ ਸਾਡੇ ਸਾਰਿਆਂ ਤੇ ਮੇਰ ਕਰੇ ਸਾਡੇ ਗੁਰੂ ਚਰਨਾਂ ਨਾ ਬਣ ਆਵੇ ਸਾਡਾ ਆਇਆ ਹੋਇਆ ਸਫਲਾ ਹੋ ਸਕੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ ਠਾਕੁਰ ਤੁਮ ਪੈ ਤੁਮ ਮਾ ਤਪਿਤਾ ਹਮ